ਧੰਨਵਾਦ ਰਣਦੀਪ ਮੇਰੀ ਗੱਲ ਸੁਣ ਗਾਰਨੈਟ ਹੈਥਵੇ ਉਹ ਬੇਵਕੂਫਾ ਤੂੰ ਕੀ ਸੋਚ ਰਿਹਾ ਸੀਗਾ ਹੈ ਕਿਸੇ ਤੇ ਥੁੱਕਣਾ ਬਿਲਕੁਲ ਮਨਾ ਹੈਗਾ ਆ ਭਾਵੇਂ ਜੋ ਮਰਜ਼ੀ ਹੋ ਜਾਵੇ ਹਾਂ ਤੈਨੂੰ ਮੁੱਕਾ ਖੜਾ ਪਿਆ ਗੁਰਬ੍ਰੈਂਸਨ ਦਾ ਕਾਫੀ ਵੱਡਾ ਮੁੱਕਾ ਤਕੜਾ ਮੁੱਕਾ ਹੈਗਾ ਪਰ ਯਾਰ ਤੂੰ ਲੜ ਰਿਹਾ ਸੀਗਾ ਪਤੰਦਰਾ ਹੈ ਲੜਾਈ ਵਿੱਚ ਕਈ ਵਾਰੀ ਮੁੱਕੇ ਖੜਾਈ ਦੇ ਆ ਤੇ ਕਈ ਵਾਰੀ ਖਾਣੇ ਵੀ ਪੈਂਦੇ ਆ ਜੇ ਤੂੰ ਨਹੀਂ ਸਹਿ ਸਕਦਾ ਤੂੰ ਨਾ ਲੜਿਆ ਕਰ ਸਹੀ ਗੱਲ ਸਾਫ਼ ਗੱਲ ਇਹੀ ਆ ਤੇ ਉਹ ਤੋਂ ਬਾਅਦ ਤੂੰ ਇੰਨਾ ਮਾੜਾ ਐਡਾ ਮੋਟਾ ਬਹਾਨਾ ਬਣਾਇਆ ਕਿ ਉਹ ਮੇਰੇ ਮੁੱਕਾ ਵੱਜਿਆ ਅਚਾਨਕ ਮੇਰੇ ਮੂੰਹ ਚੋਂ ਥੁੱਕ ਨਿਕਲ ਗਿਆ ਉਹ ਬਸ ਕਰ ਯਾਰ ਹੈ ਪਖੰਡ ਤੇਰੇ ਮੈਂ ਦੇਖਦਾ ਮੈਂ ਸਮਝਦਾ ਸਾਰਾ ਕੁਛ ਹਾਂ ਐਡਾ ਵੱਡਾ ਝੂਠ ਐਡਾ ਵੱਡਾ ਬਹਾਨਾ ਜਿਹੜੀ ਤੈਨੂੰ ਮਿਲੀ ਇਹ 3 ਗੇਮ ਦੀ ਸਸਪੈਂਸ਼ਨ ਵਧੀਆ ਤੈਨੂੰ ਮਿਲਣੀ ਚਾਹੀਦੀ ਸੀਗੀ ਭਾਵੇਂ ਹੋਰ ਦਿੰਦੇ ਤੈਨੂੰ ਮੈਂ ਤਾਂ ਬਿਲਕੁਲ ਸਹਿਮਤ ਹਾਂ ਬੰਦਾ ਬਣ ਜਾ ਤੂੰ ਜਾਨਵਰ ਵਾਲੇ ਕੰਮ ਕਰਨ ਨੂੰ ਹਟ ਜਾ ਪਲੀਜ਼ ਮੰਨ ਲਾ ਮੇਰੀ ਗੱਲ ਗਾਰਨੈਟ ਹੈਥਵੇ ਸੁਣ ਕੇ ਮੁੜ ਕੇ ਨਾ ਇੱਦਾਂ ਕਦੇ ਕਰੀ ਕਿਸੇ ਤੇ ਥੁੱਕਣਾ ਬਿਲਕੁਲ ਮਨਾ